ਹੋ ਤੁਸੀਂ ਸਾਰੇ ਵਧੀਆ ਅਤੇ ਕੈਂਚ ਹੋ ਗਏ? ਅਤੇ ਮੈਂ ਘਰ ਆ ਗਿਆ ਸੀਗਾ ਕਿਉਂਕਿ ਹੁਣ ਸਾਨੂੰ ਡਿਸਚਾਰਜ ਕਰਤਾ ਉੱਧਰੋਂ ਹੋਸਪਿਟਲ 'ਚੋਂ, ਅਤੇ ਮੈਂ ਹੁਣ ਪਹਿਲਾਂ ਘਰ ਤਾਂ ਆਇਆ ਕਿਉਂਕਿ ਮੈਂ ਡੈਕੋਰੇਸ਼ਨ ਕਰਨੀ ਰੂਮ ਦੀ ਅਤੇ ਥੱਲੋਂ ਥੋੜ੍ਹੀ ਹੋਮ ਦੀ ਵੀ ਕਰਨੀ ਹੈ ਸਾਰੇ ਦੀ। ਅਤੇ ਹੁਣ ਡੈਕੋਰੇਸ਼ਨ ਕਰਕੇ ਫਿਰ ਮੈਂ ਜਾਊਂਗਾ ਉਹਨੂੰ ਲੈਣ, ਬੇਬੀ ਨੂੰ ਲੈਣ, ਅਤੇ ਸਾਰੇ ਨਾਲ ਆਉਣਗੇ ਮੇਰੇ, ਅਤੇ ਸਾਰੇ ਜਣੇ ਹੁਣ ਇੱਥੇ ਆਉਣਗੇ ਰਾਤ ਨੂੰ, ਅਤੇ ਪ੍ਰੋਗਰਾਮ ਕਰਾਂਗੇ, ਬੇਬੀ ਦਾ ਵੈਲਕਮ ਕਰਾਂਗੇ। ਅਤੇ ਹੁਣ ਥੋੜ੍ਹੇ ਜਿਹੇ ਮੈਂ ਸਜਾਵਟ ਕਰ ਲਈ ਸੀਗੀ, ਬਲੂਨ ਵਗੈਰਾ ਫੈਲਾ ਲਏ ਸੀਗੇ, ਤੁਹਾਨੂੰ ਮੈਂ ਦਿਖਾਉਂਦਾ। ਆਹ ਦੇਖੋ ਬਲੂਨ ਵਗੈਰਾ ਮੈਂ ਸਾਰੇ ਫੈਲਾ ਲਏ ਅੱਧੇ ਜੇ, ਅਤੇ ਆਹ ਡੈਕੋਰੇਸ਼ਨ ਵੈਲਕਮ ਲਿਖਾ ਤਾ ਸਾਰਾ ਕੁਛ, ਅਤੇ ਉੱਤੇ ਲਿਖਾਉਣ ਵਾਲਾ ਗਿਆ ਵੈਲਕਮ ਜਿਹੜਾ ਹੁੰਦਾ ਗਾ ਫੁੱਲਣ ਵਾਲਾ ਉਹ ਵਾਲਾ। ਅਤੇ ਬਾਕੀ ਸਾਰੀ ਸਫਾਈ ਮੈਂ ਕਰ ਦੇਣੀ ਹੈ, ਜਿਹੜੇ ਮਾੜਾ ਮੋਟਾ ਕਾਗਜ਼ ਕੁਗਜ਼ ਖਿਲ ਰਹੇ ਆ। ਅਤੇ ਆਹ ਬੇਬੀ ਦਾ ਬੈੱਡ ਹੈ, ਆਹ ਬੇਬੀ ਦੀ ਬਾਸਕਿਟ ਆ, ਜਿਹੜੀ ਜਿਹੜੀ ਛੁੱਟੀ ਆ ਉਹ ਮਿਲ ਗਈ ਆ। ਡਾਕਟਰ ਨੇ ਅੱਜ ਕਹਿਤਾ ਕਿ ਤੁਸੀਂ ਘਰ ਜਾ ਸਕਦੇ ਹੋ, ਅਤੇ ਮੈਂ ਰੈਡੀ ਵਗੈਰਾ ਹੋ ਗਈ ਹਾਂ, ਅਤੇ ਬੇਬੇ ਨੂੰ ਅਜੇ ਰੈਡੀ ਕਰਨਾ ਵਾ, ਅਤੇ ਹਨੀ ਘਰ ਗਏ ਹੁਣ ਡੈਕੋਰੇਟ ਕਰਨ, ਉਹ ਡੈਕੋਰੇਟ ਵਗੈਰਾ ਰੂਮ ਕਰਨਗੇ ਅਤੇ ਫਿਰ ਸਾਨੂੰ ਲੈ ਕੇ ਜਾਣਗੇ ਆ ਕੇ। ਅਤੇ ਮੈਂ ਬਹੁਤ ਹੈਪੀ ਹਾਂ ਕਿ ਮੈਂ ਆਪਣੇ ਬੇਬੇ ਨੂੰ ਅੱਜ ਘਰ ਲੈ ਕੇ ਜਾ ਰਹੀ ਹਾਂ। ਸਮਾਨ ਮੈਂ ਇਕੱਠਾ ਕਰ ਲਿਆ ਵਾ ਟੈਚੀ ਟੂਚੀ ਵਿੱਚ, ਅਤੇ ਬੇਬੀ ਦੇ ਹਜੇ ਕੱਪੜੇ ਪਾਉਣੇ ਆ, ਬੇਬੀ ਦੇ ਦੂਸਰੇ ਪਾਏ ਹੋਏ ਆ। ਡੈਕੋਰੇਸ਼ਨ ਵਗੈਰਾ ਸਾਰੀ ਕਰ ਲਈ ਸੀਗੀ, ਅਤੇ ਉਹ ਤੁਹਾਨੂੰ ਬਲੌਗ ਦੇ ਵਿੱਚ ਦੱਸੀ ਜਾਣੀ ਆ ਵੀ ਕਿੱਦਾਂ ਦੀ ਡੈਕੋਰੇਸ਼ਨ ਹੋਈ ਆ। ਅਤੇ ਮੈਂ ਤਾਂ ਬਰੱਬ ਚੱਲੇ ਹਾਂ ਲੈਣ, ਅਤੇ ਹੁਣ ਜਾ ਕੇ ਦੇਖਦੇ ਹਾਂ, ਉੱਥੇ ਇਕੱਲੀ ਵੇਟ ਕਰੀ ਜਾਂਦੀ ਆ, ਨਾਲੇ ਬੇਬੀ ਆ, ਅਤੇ ਉਹਨੇ ਜਾਣੇ ਜਾ ਕੇ ਲੈ ਕੇ ਆਵਾਂਗੇ, ਫਿਰ ਆ ਕੇ ਵੈਲਕਮ ਜਿਹੜਾ ਕਰਨਗੇ ਉਹ ਬਾਕੀ ਘਰ ਦੇ ਕਰਨਗੇ ਜਿਹੜੇ ਘਰੇ ਆ। ਅਤੇ ਪਹੁੰਚਦੇ ਹਾਂ ਅਸੀਂ ਹੋਸਪਿਟਲ। ਹਾਂਜੀ ਹਨੀ ਆ ਗਏ ਸੀਗੇ, ਅਤੇ ਆਹ ਬੱਗੀ ਵੀ ਲੈ ਆਉਂਦੀ ਆ, ਪਰ ਇਹਦਾ ਜਿਹੜਾ ਵੱਡਾ ਵਾਲਾ ਸਿਸਟਮ ਜਾਂ ਅਸੀਂ ਇੱਕ ਹੋਰ ਬੇਬੀ ਗਰਲ ਲਿਖਿਆ ਸੀ ਉਹ ਘਰੇ ਰੱਖ ਆਉਂਦੇ, ਉਹਨਾਂ ਦੇ ਘਰੇ ਜਾ ਕੇ ਲਾਵਾਂਗੇ। ਅਤੇ ਹੁਣ ਅਸੀਂ ਜਾ ਰਹੇ ਹਾਂ, ਭਰਾ ਵੀ ਆ ਸਾਡੇ, ਹੁਣ ਟਿੱਡੀ ਲੈ ਕੇ ਭਰਾਵਾਂ ਦਾ ਅਸੀਂ ਚੱਲੇ ਹਾਂ ਘਰੇ, ਅਤੇ ਫਿਰ ਘਰੇ ਜਾ ਕੇ ਮਿਲਾਂਗੇ ਤੁਹਾਨੂੰ। ਬੱਗੀ ਵਿੱਚ ਪਾਤਾ ਆ, ਅਤੇ ਹੁਣ ਆਪਾਂ ਜਾ ਰਹੇ ਹਾਂ, ਬਾਏ ਬਾਏ। ਹੋਸਪਿਟਲ ਵਾਲਾ ਰੂਮ ਬਹੁਤ ਪਿਆਰ ਪੈ ਗਿਆ ਸੀ ਇਹਦੇ ਨਾਲ, ਵਧੀਆ ਲੱਗਿਆ, ਬਹੁਤ ਵਧੀਆ ਸਟਾਫ ਸੀ ਇੱਥੋਂ ਦਾ, ਅਤੇ ਬਹੁਤ ਵਧੀਆ ਸਾਡੀ ਕੇਅਰ ਕੀਤੀ, ਬਹੁਤ ਚੰਗਾ ਲੱਗਿਆ। ਅਤੇ ਹੁਣ ਆਪਾਂ ਜਾ ਰਹੇ ਹਾਂ ਘਰ, ਹੁਣ ਟਿੱਡੀ ਨੂੰ ਅਤੇ ਵਾਈਫ ਨੂੰ ਘਰ ਲੈ ਕੇ ਚੱਲੇ ਹਾਂ। ਅਤੇ ਉਹ ਆ ਗਈ ਟੈਕਸੀ, ਸਾਡੀ ਟੈਕਸੀ ਆ ਗਈ ਬਾਬਣ। ਹੁਣ ਅਸੀਂ ਨਿੱਕੀ ਨੂੰ ਲੈ ਕੇ ਘਰ ਨੂੰ ਚੱਲੇ ਸੀ, ਉੱਪਰ ਵੀ ਆ ਗਈ ਸਾਡੀ, ਹੁਣ ਨਿੱਕੀ ਨੂੰ ਲੈ ਕੇ ਆ ਗਏ ਹਾਂ, ਹੁਣ ਘਰ ਐਂਟਰੀ ਕਰਨ ਲੱਗੇ ਹਾਂ। ਦੋ ਟੱਡੀਆਂ ਹੋ ਗਈਆਂ, ਉਹਨਾਂ ਨੇ ਬਣਨੀ ਆ ਨਰਸਾਂ ਨੇ। ਆਪਣੀ ਪੈਂਤੀ ਪੁੰਜੇ ਉੱਪਰ ਜਾਂਦੀ ਹੈ, ਪੈਂਤੀ ਚਾਲੀ ਪੈਂਤੀ ਚਾਲੀ ਚਲੀ ਜਾਂਦੀ ਹੈ। ਕੀ ਨਾਮ ਬਾਤ ਨੂੰ
ਤੂੰ ਕੁਛ ਵੀ ਨਹੀਂ ਕਹਿਣਾ ਜਿਹੜਾ ਕੁਛ ਤੈਨੂੰ ਦੱਸਤਾ। ਜਸ ਦੀ ਪੀਲੀ ਟੋਪੀ ਸਪੈਸ਼ਲੀ ਦਿਖਾ ਦੇ। ਲਓ ਜੀ ਨਿੱਕੀ ਨੂੰ ਲੈ ਕੇ ਚੱਲੇ ਆ ਰੂਮ ਚ। ਆ ਗਈ ਚਿੱਦੀ ਆਪਣੇ ਰੂਮ ਆ ਗਈ 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 ਆ ਜਾ। ਲੋ ਆ ਨਿੱਕੀ ਦਾ ਰੂਮ ਹੋ ਚੁੱਕਾ ਰੈਡੀ ਆਪਣੀ ਦਾ। ਅਲਮਾਰੀ ਕਿੰਨੀ ਨਾ ਦਿਖਾਈ ਤਾਂ ਵੀ ਬਾੜਨੇ ਔਖੇ ਆ। ਇਹਨੂੰ ਬਾਹਰ ਰੱਖ ਦੇ ਬੱਗੇ ਕੰਡੇ ਤੇ ਬਾਹਰ ਹੀ ਰੱਖ ਲੈ ਜਾ ਹੁਣ ਕਰੋ ਟੀਡੀਏ ਲਪੇਟੀ ਜਸ ਨੂੰ ਬਣਾ ਦੇ ਜਸ ਮੈਂ ਤੇਰਾ ਕੁਝ ਬਣਾਇਆ ਪਸੰਦ ਤਾਂ ਨਹੀਂ ਆਉਂਦਾ ਵੇਖ ਲਈ ਫਿਰ ਵੀ ਫੋਟੋ ਹੋਰ ਫੋਨ ਤੋਂ ਕਰ ਲੈਣੀ ਅਸੀਂ ਦੋਨੋਂ ਕੁਝ ਹੋ ਜਾਣਾ ਸੀ ਕਰਤਾ ਸਟਾਰਟ ਹੋਰ ਭਾਬੀ ਕਿੱਦਾਂ ਕਹੀਦਾ ਨਹੀਂ ਮੈਂ ਕੱਟ ਕੱਟ ਕੇ ਬਣਾਈ ਇਹਨਾਂ ਨਾਲ ਨਾਲ ਚਲੋ
ਪੱਲੀ ਸਾਈਡ ਤੇ ਰੱਖ ਪੱਲੀ ਸਾਈਡ ਤੇ ਪੱਲੀ ਸਾਈਡ ਤੇ ਪਲਾਸਟਿਕ ਨਾ ਖਵਾ ਦੀ ਉਹ ਆਪੇ ਵੇਖ ਲੈਣਾ ਕਿਧਰ ਗਿਆ ਰੱਬ ਇਹਨੂੰ ਇਦਾਂ ਕਰ ਦੋ ਜਿਦਾਂ ਉਹ ਕੀ ਥੋੜਾ ਵਿੰਗਾ ਜਿਹਾ ਕਰਕੇ ਬੈਠ ਅੱਜ ਫੋਟੋ ਲਵਾ ਲਾਂਗੀ ਵੈਸੇ ਲਫਾਫੇ ਜਿਵੇਂ ਦਾ ਆਉਣਾ ਨਹੀਂ ਸੰਦੀਪ ਨੇ ਸਹੀ ਲੱਗਦੇ ਕੱਢ ਕੇ ਰੱਖ ਲੋ ਲਫਾਫੇ ਬੈਗ ਬਦਲ ਲੋ ਥੱਲੇ ਖੇਡਿਆ ਕਦੀ ਕੋਈ ਨਾ ਭਾਬੀ ਉਹ ਟਾਈਮ ਵੀ ਆ ਜਾਣਾ ਫੋਟੋ ਹੋਏਗੀ ਇੱਥੇ ਬਹਿ ਜਾਓ ਦੋ ਜਾਣੇ ਹਾਂਜੀ ਪ੍ਰੋਗਰਾਮ ਆਪਣਾ ਹੋ ਗਿਆ ਖਤਮ ਸਾਰੇ ਜਣੇ ਆਪਣੋ ਆਪਣੇ ਘਰ ਚਲੇ ਗਏ ਆ ਸਾਰਿਆਂ ਨਾਲ ਬਹੁਤ ਵਧੀਆ ਵੈਲਕਮਿੰਗ ਕੀਤਾ ਆਪਾਂ ਆਪਣੇ ਬੇਬੀ ਦਾ ਅਤੇ ਹੁਣ ਅਸੀਂ ਆ ਰੋਟੀ ਵੀ ਖਾ ਲਈ ਆ ਕਿਉਂਕਿ ਇਹਨਾਂ ਨੇ ਖਾਣੇ ਨਹੀਂ ਸੀ ਸਮੋਸੇ ਵਗੈਰਾ ਤਾਂ ਕਰਕੇ ਰੋਟੀ ਖਾ ਲਈ ਆ ਬੇਬੀ ਸੌਂ ਗਿਆ ਵਾ ਕਿੱਥੇ ਬੇਬੀ ਉਹ ਪਿਆ ਬੇਬੀ ਸੌਂ ਗਿਆ ਵਾ ਅਤੇ ਡੈਕੋਰੇਸ਼ਨ ਵੀ ਅੱਧੀ ਲਾ ਤੀ ਆ ਮੈਂ ਕਿਉਂਕਿ ਜ਼ਿਆਦਾ ਬਲੂਨ ਹੋਣਗੇ ਤਾਂ ਪਟਾਕੇ ਪਈ ਜਾਣਗੇ ਅਤੇ ਬੇਬੀ ਡਰੂਗਾ ਇਸ ਕਰਕੇ ਬਲੂਨ ਜਿਹੜੇ ਇੱਥੇ ਲੱਗੇ ਸੀ ਸਾਰੇ ਲਾ ਤੇ ਮੈਂ ਅਤੇ ਕੇਕ ਇੰਨਾ ਕੁ ਬਚਿਆ ਇਹ ਹੁਣ ਮੈਂ ਖਾਣ ਲੱਗਿਆ ਅਤੇ ਕੇਕ ਖਾ ਕੇ ਅਤੇ ਬਸ ਬੇਬੀ ਦਾ ਨੈਪੀ ਚੇਂਜ ਕਰਕੇ ਅਤੇ ਸੌਂ ਜਾਣਾ ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਦਾ ਵਲੋਗ ਜਿਹੜਾ ਵੈਲਕਮਿੰਗ ਵਾਲਾ ਸੀਗਾ ਸ਼ੂਟ ਅਸੀਂ ਨਹੀਂ ਕੀਤਾ ਸਾਡੇ ਦੋਨਾਂ 'ਚੋਂ ਕਿਸੇ ਨੇ ਨਹੀਂ ਕੀਤਾ ਸਾਡੇ ਬ੍ਰਦਰ ਨੇ ਕੀਤਾ ਬਾਏ